ਭਾਈ ਦੇਖ ਲਓ ਜੱਦਾ ਘਰ ਤੇ ਲਗਾਤਾਰ ਪਾਣੀ ਚ ਚੱਲਦਾ ਪ੍ਰੋਜੈਕਟ। ਲਓ ਜੀ ਬਾਈ ਫੁੱਲ ਭਾਰੀ ਮੀਂਹ ਪੈ ਰਿਹਾ, ਦੇਖੋ ਗਲੀ ਸਾਰੀ ਉਹ ਭਰ ਗਈ, ਆਹ ਸਾਈਡ ਨੂੰ ਵੀ ਪਾਣੀ, ਉਹ ਪਾਣੀ ਕਰਤਾ ਬਾਈ, ਧਰਤੀ ਨਹੀਂ ਦਿਖਦੀ ਹੈਗੀ, ਅਤੇ ਆਹ ਸਾਈਡ ਨੂੰ ਵੀ ਗਲੀ ਮੈਂ ਤੁਰਨਾ ਵੀ ਔਖਾ ਹੋਇਆ ਬਾਈ, ਫੁੱਲ ਭਾਰੀ ਮੀਂਹ ਜਿਹਨੂੰ ਕਹਿੰਦੇ ਆ। ਬਾਕੀ ਨਾਲੀਆਂ ਓਵਰ ਹੋ ਕੇ ਬਾਈ ਉਛਲ ਗਈਆਂ, ਪੰਤਾਲੇ ਚੱਲਦੇ ਦੇਖੋ। ਹਾਂਜੀ ਬਾਈ ਰੱਬ ਨੇ ਪਤਾ ਨਹੀਂ ਕਿਆ ਦੇਖ ਲਿਆ, ਮੈਨੂੰ ਤਾਂ ਸਮਝ ਨਹੀਂ ਲੱਗਦੀ ਜੀ। ਬਾਈ ਉਰੇ ਤਾਂ ਕੁਛ ਨਹੀਂ ਪਤਾ ਲੱਗਦਾ, ਗਲੀ ਚ ਟਾਈਮ ਲੱਗਦਾ ਜਿਹਾ ਕਿਸ਼ਤੀ ਲਾ ਲਈਏ। ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ, ਤੜਕੇ ਤੜਕੇ ਬਾਈ ਮੋਰਨਿੰਗ ਟਾਈਮ ਫੁੱਲ ਤੇ ਜੇ ਮੀਂਹ ਆ ਗਿਆ, ਉਹਨਾਂ ਦਾ ਮੀਂਹ ਚੈੱਕ ਕਰੋ, ਤੜਕੇ ਤੜਕੇ ਹੀ ਬਾਈ ਰੱਬ ਠੰਡਾ ਠਾਰ ਕਰ ਦੇਣਾ ਕਹਿੰਦਾ, ਅਤੇ ਚੱਲੇ ਤੇ ਬਾਈ ਗੱਡੀ ਦੀ ਸਰਵਿਸ ਕਰਾਉਣ। ਏਜੰਸੀ ਵਾਲੇ ਮੁੰਡੇ ਨੂੰ ਫੋਨ ਕਰ ਲਿਆ ਤਾਂ ਵੀ ਗੱਡੀ ਦੀ ਸਰਵਿਸ ਕਰਾਉਣੀ ਹੈ, ਕਿੰਨੇ ਕੁ ਵਜੇ ਆਈਏ ਬਾਈ, ਉਹਨੇ 9 ਵਜੇ ਦਾ ਟਾਈਮ ਦਿੱਤਾ ਤਾ, ਹਲੇ ਗੱਡੀ ਕੱਢਣੇ ਲੱਗੇ ਦੇ ਘਰ 'ਤੇ, ਇਹਨੇ ਨੂੰ ਦੜੂਕੇਦਾਰ ਮੀਂਹ ਆ ਗਿਆ ਬਾਈ ਦੇਖੋ, ਹੁਣ ਆਏ ਨਹੀਂ ਪਤਾ ਸਵੇਰ ਦੇ ਹੀ ਬੱਦਲ ਬਾਈ ਬਹੁਤ ਖਰਾਬ ਤਾ, ਮਤਲਬ ਆਸ ਹੈਗੀ ਤੀ ਵੀ ਤੇਜ਼ ਮੀਂਹ ਆਉਣਾ ਹੈ, ਦੇਖੋ ਕਿਹੜੇ ਹਿਸਾਬ ਨਾਲ ਮੀਂਹ ਆ ਗਿਆ ਬਾਈ, ਖਿੱਚ ਕੇ ਪੂਰਾ ਹਵਾ ਦੇ ਨਾਲ ਛਾਟੇ ਵਾਲਾ ਮੀਂਹ ਹੈ। ਗੱਡੀ ਦੇਖ ਲਓ ਅੰਦਰ ਖੜੀ ਆ, ਉਰੇ ਤੱਕ ਹਵਾ ਦੇ ਛਿੱਟੇ ਆਉਂਦੇ ਬਾਈ, ਸਾਹਮਣੇ ਦਰੱਖਤ ਵੀ ਸਾਨੂੰ ਦੱਸਦੇ ਆ। ਆ ਗਲੀ ਬਾਈ ਇੱਕ ਵਾਰ ਪਾਣੀ ਗੱਲ ਪੂਰੀ ਭਰ ਜਾਂਦੀ, ਜੇ ਚੰਗਾ ਮੀਂਹ ਪਵੇ ਪਾਣੀ ਲੱਗ ਗਿਆ ਤਕਰੀਬਨ ਖੜਨ, ਹਲੇ 5 ਮਿੰਟੇ ਹੋਏ ਬਾਈ ਮੀਂਹ ਸ਼ੁਰੂ ਹੋਏ ਨੂੰ, ਆ ਦੇਖੋ ਛਾਟੇ ਵਾਲਾ ਮੀਂਹ ਆ ਬਾਈ, ਐਂ ਨੂੰ ਚੱਲਦਾ ਹੈ ਪਾਣੀ ਚੱਲ ਪਿਆ ਵਿਹੜੇ ਮਾਤੇ ਬਾਈ, ਸਾਰਾ ਕੋਠੇ ਵਰਤੇ ਜਿੰਨਾ ਵੀ ਇਕੱਠਾ ਹੋ ਗਿਆ, ਮਲਕੀਤ ਬਾਈ ਨਾਲ ਟੀਨਾ ਤੁਸੀਂ ਦੇਖ ਸਕਦੇ ਕਿਹੜੇ ਹਿਸਾਬ ਨਾਲ ਚੱਲਦੀਆਂ, ਪੂਰੀ ਸਪੀਡ ਗੱਲ ਮੀਂਹ ਹੈ, ਬਾਕੀ ਛਤਰੀ ਲੈ ਕੇ ਚੱਲਦੇ ਬਾਹਰ ਨੂੰ ਸੰਦ ਖੁੰਦੇ ਆ। ਲਓ ਜੀ ਬਾਈ ਸਬਜ਼ੀ ਵਾਲਾ ਬੰਦਾ ਵੀ ਇੱਧਰ ਭਿੱਜ ਗਿਆ। ਹਾਂਜੀ ਬਾਈ ਸੇ ਪੱਕਦੇ ਆ, ਇਹ ਵਿਚਾਰਾ ਆਇਆ ਤਾ ਉਰੇ ਪਰਦਾ ਲਾਇਆ ਪਿਆ ਥੱਲੇ ਖੜਾ, ਇਹ ਬਾਰਿਸ਼ ਹੋ ਗਈ ਪੂਰੀ ਬਾਈ, ਆ ਦੇਖੋ ਪੂਰੇ ਪਿੰਡ ਦਾ ਪਾਣੀ ਕਿਹੜੀ ਸਪੀਲ ਗਿਆ, ਥੱਲੇ ਜ਼ੋਰਾਂ 'ਤੇ ਆਉਂਦਾ, ਆਹ ਸਾਈਡ ਨੂੰ ਥੋੜ੍ਹੇ ਜਿਹੇ ਕੱਚੇ ਘਰ ਆ ਬਾਈ, ਤਾਂ ਕਰਕੇ ਮਿੱਟੀ ਵਾਲਾ ਪਾਣੀ ਆਉਂਦਾ ਹੈ। ਕਹਿੰਦੇ ਬਾਈ ਜਿੰਨੇ ਮੀਂਹ ਪਏ ਆਪਣੀ ਗਲੀ ਤਾਂ ਭਰ ਕੇ ਹੀ ਚੱਲਦੀ ਹੈ, ਕਿ ਨਹੀਂ ਐਦਾਂ ਤਾਂ ਨਹੀਂ ਚੱਲੀ, ਦੇਖ ਲੈ ਇੱਥੇ ਹੋ ਕੇ ਲੰਘਦਾ ਬਾਈ, ਆਹ ਏਰੀਆ ਉਰੇ ਆ ਕੇ ਨੀਵਾਂ ਹੋ ਜਾਂਦਾ ਹੈ ਬਾਈ, ਪਹੀ ਦੇ ਉੱਪਰ ਪਾਣੀ ਚੜ੍ਹ ਜਾਂਦਾ ਹੈ, ਹਾਲਾ ਨਾਲੀ ਭਰ ਗਈ, ਦੇਖ ਲਓ ਨਾਲੀਆਂ ਛੋਟੀਆਂ ਬਾਈ, ਜਦ ਬਣਾਈਆਂ ਇਹਦੀਆਂ ਸਹੀ ਨਹੀਂ ਬਣੀਆਂ, ਪਾਣੀ ਉੱਪਰ ਨੂੰ ਚੱਲ ਪੈਂਦਾ ਸਾਰਾ ਹੀ। ਲਓ ਜੀ ਬਾਈ ਫੁੱਲ ਭਾਰੀ ਮੀਂਹ ਪੈ ਰਿਹਾ, ਦੇਖੋ ਗਲੀਆਂ ਦੇ ਪਾਣੀ ਸਾਫ਼ ਨਹੀਂ ਹੋ ਰਿਹਾ, ਆਹ ਸਾਈਡ ਨੂੰ ਦੇਖੋ ਫੁੱਲ ਚੱਲਦੀ ਗਲੀ ਓਵਰ, ਸਾਰੀ ਗਲੀ 'ਚ ਪਾਣੀ ਆ ਬਾਈ, ਫੁੱਲ ਭਾਰੀ ਮੀਂਹ ਨਾਲੇ ਅੱਧਾ ਘੰਟਾ ਹੋਇਆ ਪੈਂਦੇ ਨੂੰ, ਅੱਧੇ ਘੰਟੇ ਦਾ ਹੀ ਦੇਖ ਲਓ ਕਿਹੜੇ ਹਿਸਾਬ ਨਾਲ ਪਾਣੀ ਹੋ ਗਿਆ ਗਲੀ ਦੇ ਵਿੱਚ, ਆ ਚੱਪਲਾਂ ਡੁੱਬਣ ਲੱਗ ਗਈਆਂ ਬਾਈ, ਦੇਖੋ ਸੇਠਾਂ ਦਾ ਜਿਹੜਾ ਸਿਰਾ ਜਿਹਾ, ਬਾਕੀ ਤੁਹਾਨੂੰ ਦਿਖਾਉਂਦਾ ਬਾਈ ਸਾਰੀ ਗਲੀ 'ਚ ਕਿਹੜੇ ਹਿਸਾਬ ਨਾਲ ਪਾਣੀ ਹੋ ਜਾਂਦਾ ਹੈ। ਐਤਕੀ ਬਾਈ ਬਰਸਾਤਾਂ 'ਚ ਪਹਿਲਾਂ ਮੀਂਹ ਨਹੀਂ ਪਿਆ, ਹੁਣ ਭਾਦੋ 'ਚ ਮੀਂਹ ਪੈ ਰਿਹਾ ਪੂਰਾ ਜ਼ੋਰਾਂ ਦੇ ਨਾਲ, ਦੇਖੋ ਭਾਦੋ ਆਪਣਾ ਜਲਵਾ ਦਿਖਾ ਰਹੀ ਹੈ, ਜਿਹਨੂੰ ਕਹਿੰਦੇ ਬਾਈ ਫੁੱਲ ਸਪੀਡ 'ਤੇ ਮੀਂਹ ਪੈ ਰਿਹਾ ਲਗਾਤਾਰ। ਆ ਗਲੀ ਦਾ ਜੱਜਮੈਂਟ ਲਾ ਲਓ ਬਾਈ, ਥੱਲੇ ਸਮਿੰਟ ਵੀ ਨਹੀਂ ਦਿਖਦਾ ਹੈਗਾ, ਬਾਕੀ ਨਸਾਰੇ ਦਾ ਟਾਈਮ ਆ ਬਾਈ, ਜ਼ਿਆਦਾ ਮੀਂਹ ਤਾਂ ਉਹਨਾਂ ਨੂੰ ਨੁਕਸਾਨ ਵੀ ਹੈ, ਜੇ ਹਵਾ ਚੱਲੇ
ਮੀਂਹ ਤਾਂ ਚਲੋ ਕੁਛ ਨਹੀਂ ਕਹਿੰਦਾ ਹੈਗਾ, ਪਰ ਉਲਟ ਟਾਈਮ ਨਹੀਂ ਪੈ ਰਿਹਾ। ਆਹ ਦੇਖੋ ਬਾਈ ਗਲੀ ਦਾ ਹਾਲ, ਆਹ ਸਾਈਡ ਨੂੰ ਵੀ ਫੁੱਲ ਭਰੀ ਪਈ ਹੈ ਅਤੇ ਇੱਧਰ ਨੂੰ ਵੀ। ਬਾਈ ਦੇਖ ਲਓ ਜੱਦਾ ਘਰ 'ਤੇ ਲਗਾਤਾਰ ਪਾਣੀ 'ਚ ਚੱਲਦਾ ਪ੍ਰੋਜੈਕਟ, ਜੂ ਜੂ ਗਾਹਾਂ ਨੂੰ ਜਾਈ ਜਾਂਦੇ ਪਾਣੀ ਵਧੀ ਜਾ ਰਿਹਾ। ਆਹ ਸਾਈਡ ਨੂੰ ਬਾਈ ਆਪਣੇ ਖੇਤ ਪੈ ਜਾਂਦੇ ਡੈਰੀ ਵਾਲੀ ਸਾਈਡ, ਇੱਧਰ ਵੀ ਫੁੱਲ ਮੀਂਹ ਪੈ ਰਿਹਾ ਏ। ਇਹ ਉੱਚਾ ਏਰੀਆ ਬਾਈ, ਇਹਦਾ ਪਾਣੀ ਸੜਕ ਬੰਨ ਹੋ ਕੇ ਲੰਘਦਾ। ਦੇਖੋ ਆਹ ਨਾਲੀਆਂ ਦੇਖ ਲਓ ਬਾਈ। ਲਓ ਜੀ ਬਾਈ ਦੇਖੋ ਕਿਹੜੇ ਹਿਸਾਬ ਨਾਲ ਪਾਣੀ ਹੈ, ਓਵਰੇ ਕੰਮ ਚੱਲਦਾ। ਹਾਂਜੀ ਬਾਈ ਰੱਬ ਨੇ ਪਤਾ ਨਹੀਂ ਕਿਆ ਦੇਖ ਲਿਆ, ਮੈਨੂੰ ਤਾਂ ਸਮਝ ਨਹੀਂ ਲੱਗਦੀ ਜੀ। ਬਾਈ ਉਰੇ ਤਾਂ ਕੁਛ ਨਹੀਂ ਪਤਾ ਲੱਗਦਾ, ਗਲੀ 'ਚ ਐਂ ਲੱਗਦਾ ਜਿਵੇਂ ਕਿਸ਼ਤੀ ਲਾ ਲਈਏ। ਮੈਂ ਤਾਂ ਕਹਿੰਦਾ ਫਿਰ ਆਪਾਂ ਐਂ ਕਰਦੇ ਹਾਂ ਵੀ ਆਪਾਂ ਇਨਵਾਈਟ ਕਰਿਆ ਕਰੀਏ, ਮੀਂਹ ਤਾਂ 2 ਦਿਨ ਪਹਿਲਾਂ ਵੀ ਭਾਈ ਆ ਜਾਓ ਜੇ ਕਿਸੇ ਨੇ ਕਿਸ਼ਤੀ ਦੇ ਝੂਟੇ ਲੈਣੇ ਆ। ਅਬਿੰਦਰ ਬਾਈ ਚੁੰਝੀ ਇੰਨਾ ਪਾਣੀ ਚੱਲਦਾ ਜਿਹੜੀ ਉੱਪਰ ਵਾਲੀ ਹੈ, ਸਾਰੀ ਸਾਰੀ ਗਲੀ 'ਚ ਚੱਲਣਾ। ਚੈੱਕ ਕਰਿਓ ਜਾ ਕੇ ਸਾਡੇ ਘਰ 'ਤੇ ਗਾਹਾਂ, ਉਹ ਤਿੰਦਰਾਂ ਦੇ ਘਰ 'ਤੇ ਲੈ ਗਏ। ਅੱਛਾ ਉਰੇ ਤੱਕ ਰਾਜੂ ਬਾਈ ਦੇ ਘਰ ਪਾਏ ਬਹੁਤ ਪਾਣੀ ਚੱਲਦਾ, ਉੱਥੇ ਵੀ ਮੈਂ ਕਹਿੰਦਾ ਨੀਵੀਂ ਆ ਸੜਕ, ਇੰਜੀਨੀਅਰ ਹੋਰ ਬਣ ਗਏ ਪਿਆ ਕੇ। ਬਿੰਦਰ ਬਾਈ ਨੇ ਤੜਕੇ ਵੀ ਪਵਾ ਤਾ, ਹਜਰੇ ਹਜਰੇ ਦੇਖ ਲੈ ਤੜਕੇ ਨੌ ਤੜਕੇ ਦਾ ਹੀ ਟਾਈਮ ਆ, ਹੋਰ ਕਿਤੇ 12 ਵਜਦਾ ਇਹ, 4 ਵਜੇ ਹੋ ਲਿਆ। ਹਾਂ ਜਦ ਸੂਰਜ ਵੀ ਨਿਕਲਿਆ ਹੈ ਤਾਂ ਤੜਕਾ ਹੀ ਹੈ। ਉਹ ਮੈਂ ਤਾਂ ਸਰਵਿਸ ਕਰਾਉਣ ਚੱਲਿਆ ਬਾਈ ਗੱਡੀ ਦੀ, ਫਿਰ ਮਹਾਂ ਛੱਡ ਹੁਣ ਜਾਸੀਆ ਵੀ ਕਈ ਵਾਰ ਨੀਵੀਆਂ, ਉੱਥੇ ਵੀ ਪਾਣੀ ਖੜ ਜਾਂਦਾ ਇਹ, ਪੁਰਾਣੇ ਟਾਈਮ ਦੀਆਂ ਪਈਆਂ ਵੀ ਹੈ ਹੁਣ ਦੀਆਂ ਥੋੜ੍ਹੋ ਇਹ। ਬਾਕੀ ਦੇਖਦੇ ਬਾਈ ਜਾ ਵੀ ਸਕਦੇ ਹੈ, ਉਹ ਕਹਿੰਦਾ ਸੱਜ ਰਿਹਾ ਹੀ ਨਹੀਂ ਤਾਂ 15-20 ਗੱਡੀਆਂ ਪੈ ਜਾਂਦੀਆਂ ਫਿਰ ਸ਼ਾਮ ਹੋ ਜਾਣੀ। ਸੱਜ ਰਹੀ ਹੈ ਅਵਿੰਦਰ ਬਾਈ, 15-15 ਘੰਟੇ ਦਾ ਮੀਂਹ ਨੇ ਦੱਸਤਾ, ਪਾਣੀ ਪੂਰਾ ਹੋ ਗਿਆ ਬਾਈ। ਮੀਂਹ ਦਾ ਨੁਕਸਾਨ ਤਾਂ ਨਹੀਂ, ਟੁੱਟੀ ਟੁੱਟੀ ਜਾਂ ਕੋਈ ਹੋਰ ਚੀਜ਼, ਤੇਲਾ ਤੂਲਾ ਹੈ? ਮੋਹਲੀ ਨੇ ਫੋਨ ਕਰਿਆ, ਮੋਹਲੀ ਦਾ ਫੋਨ ਆਇਆ ਤਾ ਮੈਨੂੰ, ਕਹਿੰਦਾ ਡੋਡੀ ਪੈ ਗਈ ਮੇਰੇ ਮੋਹਲੀ ਦਾ, ਉਹਨੇ ਕਵੇਰੀ ਬੀਜੀ ਵੀ ਆ, ਕਹਿੰਦਾ ਡੋਡੀ ਪੈ ਗਈ ਬਾਈ। ਪੈਂਦੀ ਹੋਣੀ ਡੋਡੀ ਯਾਰ ਤਾਂ ਜਿਹੜੇ ਜ਼ਿਆਦਾ ਕੀਤੇ ਆ। ਲੈ ਇੱਧਰ ਬਾਈ ਸਰਵੇ ਵਾਲੇ ਫੋਨ ਆ ਕੇ ਪੁੱਛਣ ਲੱਗ ਗਏ ਵੀ ਇੱਧਰ ਵੀ ਹੈਗਾ ਕੁੱਧਰ ਹੈਗਾ। ਹਾਂ ਦਲਵੀਰ ਤੈਨੂੰ ਨੀ ਫੋਨ ਆ ਗਿਆ ਤਾਂ? ਹਾਂਜੀ ਨੀ ਮੂੰਹ ਦਾ ਸਾਡੇ ਨਾਲੇ ਵੱਢ ਹੋਣੀ ਆ, ਟੈਨਸ਼ਨ ਨਾ ਲਓ, ਹਾਂ ਟੈਨਸ਼ਨ ਲੈਣੀ ਪੈਣੀ ਆ ਹਲੇ। ਆ ਗਿਆ ਬਾਈ ਆ ਗਿਆ ਬੰਦਾ ਹਾਈ ਆ ਗਿਆ, ਆ ਵੀ ਦੇਖ ਲਾ ਬਾਈ ਸੜਕ ਚੱਲ ਪਈ ਪੂਰੀ, ਮੀਂਹ ਮਤਲਬ ਦੁਆ ਹੋ ਗਿਆ ਬਾਈ ਸ਼ੁਰੂ ਹੁਣ ਜਿਹੜਾ ਗਿਆ ਹੁੰਦੇ ਆ ਸਰਾਟੇ ਜਿਹਾ ਵਾਲਾ, ਰਿਸਮਾ ਮੀਂਹ ਸ਼ੁਰੂ ਹੋ ਗਿਆ, ਰਿਸਮਾ ਰਿਸਮਾ ਸ਼ੁਰੂ ਹੋ ਗਿਆ।
ਲਓ ਜੀ ਬਾਈ ਹਟ ਤਾਂ ਗਿਆ ਪਰ ਬੱਦਲ ਹੈਗਾ ਏ। ਉਹ ਤੋਂ ਦਵਾਈ ਦੀ ਦੂਈ ਕਿੱਥੇ ਹੈ? ਸਪਰੇ ਕਾਲੂ ਕਰਨੀ ਹੈ ਪਰਸੋਂ ਨੂੰ। ਪਰਸੋਂ ਨੂੰ ਕਿਹਾ ਹੈ? ਹਾਂ ਕਾਲੂ ਜਾਂ ਪਰਸੋਂ ਨੂੰ ਆਉਣਾ ਉਹਨੇ। ਫੰਗੀ ਸਾਈਡ ਦਵਾਈ ਲਿਆ ਯਾਰ ਕੋਈ ਵੀ, ਇੱਕ ਫੰਗੀ ਸਾਈਡ, ਇੱਕ ਸੁੰਡੀ ਦੀ, ਇੱਕ ਤੇਲੇ ਦੀ, ਤਿੰਨ ਲਿਆ। ਠੀਕ ਹੈ ਬਾ, ਫਿਰ ਆਪਣਾ ਜੋ ਮਰਜ਼ੀ ਕਰ ਲਿਆ। ਜੱਟ ਨੇ ਮੀਂਹ ਬਹੁਤ ਤਾ ਜੀ, ਦੇਖੋ ਇੱਧਰ ਹਰੀ ਜੱਟ। ਹਾਂ ਬਾਈ, ਹਰੀ ਬਾਈ ਨੂੰ ਔਖਾ ਹੋ ਗਿਆ ਉਹਦੇ ਉੱਧਰ। ਗੋਹਾ ਐ ਨੀ ਹਟਦਾ ਹੈਗਾ, ਗੋਹਾ ਸਾਡੇ ਵਿਹੜੇ ਚ ਪਿਆ ਹੁੰਦਾ, ਹਟਾਏ ਤੇ ਵੀ ਨੀ ਹਟਦਾ ਹੈਗਾ। ਇਹ ਲੋਕਾਂ ਵਾਲਾ ਕੰਮ ਹੈ। ਉਹੀ ਤਾਂ ਗੱਲ ਆ ਤੇਰੀ। ਠੀਕ ਹੈ ਬਲਬੀਰ ਬਾਈ, ਮਾਸਰ ਨੀ ਲਿਖਿਆ ਤੇ ਲੋਟ ਆ ਗਿਆ ਕੰਮ ਹੈ, ਟਾਈਮ ਦੇ ਗਿਆ ਨਾ। ਇਹੀ ਕੰਮ ਹੈ, ਬਾਕੀ ਕੰਮ ਬਾਅਦ ਚ। ਪਹਿਲਾਂ ਕੱਖ ਵੱਢਣਾ, ਫਿਰ ਜੌਂਗੀ ਨੂੰ ਜਾਣਾ, ਨੱਠ ਭੱਜਦੀ ਕਰਕੇ ਆਪਾਂ 9 ਵਜੇ ਨੂੰ ਫ੍ਰੀ ਹੋ ਗਏ। ਕਿੰਨਾ ਵਜੇ ਤੋੜਨਾ ਬਾਈ? ਦਸ ਕਿਲੋ ਵਜਨ ਕਹਿ ਦਾ ਡਾਕਟਰ ਨੇ ਮੈਨੂੰ ਤੋੜਨਾ, ਮੈਂ 10 ਕਿਲੋ ਤੋੜ ਦੇਣਾ ਦਵਾਈਆਂ ਨੀ ਖਾਣੀਆਂ, ਵਜਨ ਘਟਾ ਦਿੱਤਾ ਮੈਨੂੰ। ਹੁਣ ਜੀਤ ਮਿਲਿਆ, ਕਹਿੰਦਾ ਮੇਰਾ 15 ਦਿਨ ਹੋ ਗਏ ਸਿਰੇ ਦੁਖੀ ਜਾਂਦਾ, ਕਹਿੰਦਾ ਡਾਕਟਰ ਦਵਾਈ ਦੇਈ ਜਾਂਦਾ, ਫਿਰ ਨਹੀਂ ਹਟੇ, ਬੁਖਾਰ ਆਉਂਦਾ ਨਹੀਂ। ਕਹਿੰਦਾ ਅੱਜ ਮੈਂ ਟੈਸਟ ਕਰਾ ਕੇ ਆਉਣਾ, ਮੈਨੂੰ ਚੱਕਰ ਹੋਰ ਲੱਗਦਾ, ਕਹਿੰਦਾ ਖੂਨ ਗਾੜਾ ਗੂੜਾ ਹੋਇਆ ਪਿਆ। ਹਾਂ ਇਹ ਵੀ ਚੱਕਰ ਹੋ ਜਾਂਦਾ। 15 ਦਿਨ ਹੋ ਗਏ ਕਹਿੰਦਾ ਸਿਰੇ ਦੁਖਦਾ, ਕਹਿੰਦਾ ਉਹਦਾ ਵੀ ਦੁਖਦਾ ਹੁੰਦਾ ਜਿਹਦੀ ਨਿਗਾਹ ਘਟਦੀ ਹੋਵੇ। ਹਾਂ ਇਹਦੇ ਵਿੱਚ ਕੰਪਿਊਟਰ ਦਾ ਕੰਮ ਹੈ, ਇਹ ਬਿਮਾਰੀ ਹੈ ਇਹਨੂੰ, ਇਹ ਬਿਮਾਰੀ ਹੈ, ਇਹੀ ਚੱਕਰ ਹੈ ਬਾਈ ਦਾ। ਗੱਲ ਠੀਕ ਹੈ, ਕੰਪਿਊਟਰ ਚਲਾਉਂਦਾ ਨਾ ਸਵੇਰੇ ਸ਼ਾਮ ਚਲਾਉਂਦਾ, 2-2 ਘੰਟੇ ਸਵੇਰੇ ਡਿਊਟੀ, 2 ਘੰਟੇ ਸ਼ਾਮ। ਇੱਕ ਬਾਈ ਭੱਜ ਨਾ ਗੁਜ਼ਾਰਾ ਕਰਦਾ, ਤੂੰ 5 ਦਿਨ ਚ ਜਾਈ ਹੋ ਜਾਂਦਾ ਇੱਧਰ ਨਹੀਂ ਉੱਧਰ ਨਹੀਂ। ਗੱਲ ਨੱਠ ਭੱਜ ਨਾਲ ਕੋਈ ਫਰਕ ਨਹੀਂ ਪੈਂਦਾ, ਨੱਠ ਭੱਜ ਨਾਲ ਉਹਦਾ ਸਰੀਰ ਚੱਲਦਾ। ਪਰ ਪੰਗਾ ਇਹ ਵੀ ਜਿਹੜਾ ਨਿਗਾਹ ਦਾ ਚੱਕਰ ਹੈ, ਜਿਵੇਂ ਲੈਪਟਾਪ ਚਲਾਉਣਾ, ਉਹਦਾ ਕੰਪਿਊਟਰ ਚਲਾਉਣਾ, ਫਿਰ ਪੰਗਾ ਲਿਖਤ ਪੜ੍ਹਤ ਵਾਲਾ ਕਰਦੀ ਨਾ ਕਰਦਾ ਨਾ, ਹਿੰਦੀ ਚੈਨਲ ਤਿੰਦੇ ਨੇ ਬਣਾਇਆ ਤਾਂ ਫਿਰ ਘੁੰਮ ਗਿਆ ਤਾਂ ਅੱਜ ਮੈਂ ਜੱਗੇ ਦਾ ਸਟੇਟਸ ਦੇਖਿਆ, ਇੱਧਰ ਗਏ ਫਿਰ ਉੱਪਰ ਪਹੁੰਚੇ, ਫਿਰ ਉੱਥੇ ਹੈਡ ਪਰ ਸਾਈਕਲ ਪਰ 5-15 ਬਾਈ ਇਹਨੂੰ ਮੈਂ ਕਿਹਾ ਵੀ ਸਿੰਪਲ ਸਾਈਕਲ ਲੈ ਲਾ, ਉਹਦੇ ਕਈ ਕੰਮ ਲੈ ਸਕਦਾ ਤੂੰ ਬਾਰਵਾਂ। ਦੋ ਮਹੀਨੇ ਦੀ ਗੇਮ ਆ, ਨੀ ਰੁਕ ਜਾ, ਦੁਸਹਿਰੇ ਦਸੂਰੇ ਆਉਣੇ ਚੱਕ ਲੂ ਕੇ ਖੇਡਦਾ ਰਾਮਲੀਲਾ ਰਾਤ ਨੂੰ। ਬਾਈ ਸਾਈਕਲ ਕਹਿੰਦਾ ਲੈਣਾ, ਮੈਂ ਕਿਹਾ ਦੁਸਹਿਰੇ ਆਉਣੇ ਬਾਈ ਤੈਨੂੰ ਦਵਾ ਦੂਗੇ, ਇੱਕ ਅੱਧਾ ਚੱਕ ਲੂਗੇ ਉੱਥੇ ਰਾਮਲੀਲਾ ਚੱਲਣੀ ਰਾਤ ਨੂੰ।
ਚੋਰੀ ਵੀ ਦੱਸੀ ਛੋਟੀ ਚੋਰੀ ਦਾ ਕਹਿੰਦੇ ਚਾਹੇ ਕੱਖ ਦੀ ਚਾਹੇ ਰੱਖ ਦੀ ਮੀਂਹ ਚ ਨਾ ਫਿਰੇ ਕਰ ਗਿਆ।